ਮਾਰਚ ਵਿੱਚ ਮੇਰਾ ਵਿਆਹ ਸੀ ਤੇ ਮੇਰੇ ਭਰਾ ਨੂੰ ਬਾਹਰ ਗਏ ਹੋਏ 1 ਸਾਲ ਹੋ ਗਿਆ ਸੀ। ਮੇਰੇ ਵਿਆਹ ਨੂੰ ਹਜੇ 6 ਮਹੀਨੇ ਪਏ ਸੀ ਕਿ ਹੁਣ ਤੋਂ ਹੀ ਮੇਰੀ ਭਾਬੀ ਤੇ ਮੰਮੀ ਨੇ ਖਰੀਦਦਾਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਮੇਰੇ ਭਰਾ ਦੇ ਘਰ ਨਾ ਹੁਣ ਕਰਕੇ ਮੈਂ ਭਾਬੀ ਨਾਲ ਉਸਦੇ ਕਮਰੇ ਵਿੱਚ ਸੋ ਜਾਂਦੀ ਸੀ। ਭਾਬੀ ਦੇ ਕਮਰੇ ਵਿੱਚ ਦੋ ਅਲਮਾਰੀਆਂ ਸੀ। ਇੱਕ ਵੱਡੀ ਤੇ ਇੱਕ ਛੋਟੀ। ਵੱਡੀ ਅਲਮਾਰੀ ਕੱਪੜਿਆਂ ਤੇ ਮੇਕਅਪ ਦੇ ਸਮਾਨ ਨਾਲ ਭਰੀ ਹੋਈ ਸੀ ਤੇ ਛੋਟੀ ਅਲਮਾਰੀ ਹਮੇਸ਼ਾ ਲੋਕ ਰਹਿੰਦੀ ਸੀ ਮੈਂ ਜਦੋਂ ਵੀ ਭਾਬੀ ਨੂੰ ਪੁੱਛਦੀ ਕਿ ਇਸ ਵਿੱਚ ਕੀ ਆ ਤਾਂ ਉਹ ਕਹਿੰਦੀ ਕੁਝ ਜ਼ਰੂਰੀ ਕਾਗਜ਼ਾਤ ਤੇ ਗਹਿਣੇ ਰੱਖੇ ਹੋਇਆ ਰਾਤ ਨੂੰ ਅਸੀਂ ਦੋਨੋਂ ਨਨਾਨ ਪਰਜਾਈ ਬਹੁਤ ਸਾਰੀਆਂ ਗੱਲਾਂ ਕਰਦੀਆਂ ਤੇ ਕਦੇ-ਕਦੇ ਭਰਾ ਦਾ ਫੋਨ ਆ ਜਾਂਦਾ ਤਾਂ ਭਾਬੀ ਉੱਠ ਕੇ ਦੂਜੇ ਕਮਰੇ ਵਿੱਚ ਚਲੇ ਜਾਂਦੇ ਤੇ ਕਈ ਕਈ ਘੰਟੇ ਗੱਲਾਂ ਕਰਦੇ ਰਹਿੰਦੇ ਤੇ ਇਧਰ ਮੈਂ ਵੀ ਆਪਦੇ ਮੰਗੇਤਰ ਰਾਜਵੀਰ ਨਾਲ ਗੱਲ ਕਰਨ ਲੱਗ ਜਾਂਦੀ ਇਸ ਤਰ੍ਹਾਂ ਹੀ 4 ਮਹੀਨੇ ਲੰਘ ਗਏ ਤੇ ਭਰਾ ਦੇ ਆਉਣ ਨੂੰ 1 ਮਹੀਨਾ ਰਹਿ ਗਿਆ ਸੀ ਇੱਕ ਦਿਨ ਰਾਤ ਨੂੰ 2 ਵਜੇ ਮੇਰੀ ਅੱਖ ਖੁੱਲੀ ਮੇਰੀ ਭਾਬੀ ਕਮਰੇ ਵਿੱਚ ਨਹੀਂ ਸੀ ਮੈਨੂੰ ਲੱਗਿਆ ਕਿ ਫੋਨ ਆਇਆ ਹੋਣਾ ਪਰ ਫੋਨ ਤਾਂ ਬੈੱਡ ਤੇ ਪਿਆ ਹੋਇਆ ਸੀ ਮੈਂ ਬਾਹਰ ਨਿਕਲ ਕੇ ਦੇਖਿਆ ਤਾਂ ਭਾਬੀ ਬਾਥਰੂਮ ਵਿੱਚ ਉਲਟੀਆਂ ਕਰ ਰਹੇ ਸੀ ਮੈਂ ਪੁੱਛਿਆ ਕੀ ਹੋਇਆ ਭਾਬੀ ਠੀਕ ਤਾਂ ਹੋ ਭਾਬੀ ਨੇ ਕਿਹਾ ਕੱਲ ਸ਼ਹਿਰ ਵਿੱਚ ਉਲਟਾ ਸਿੱਧਾ ਖਾਣ ਨਾਲ ਪੇਟ ਖਰਾਬ ਹੋ ਗਿਆ ਜਿਸ ਕਰਕੇ ਉਲਟੀਆਂ ਆ ਰਹੀਆਂ ਹੁਣ ਦਵਾਈ ਲਈਆ ਤੇ ਕੁਝ ਠੀਕ ਲੱਗ ਰਿਹਾ ਅਗਲੇ ਦਿਨ ਭਾਬੀ ਇਕੱਲੇ ਸ਼ਹਿਰ ਨੂੰ ਚਲੇ ਗਏ ਮੰਮੀ ਨੂੰ ਨਾਲ ਲੈ ਕੇ ਨਹੀਂ ਗਏ ਮੈਂ ਭਾਬੀ ਦੇ ਕਮਰੇ ਵਿੱਚ ਸੌਂਦੀ ਸੀ ਇਸ ਲਈ ਕਮਰੇ ਨੂੰ ਕਦੇ ਲੋਕ ਨਹੀਂ ਸੀ ਕਰਦੇ ਕੰਮ ਕਰਕੇ ਮੈਂ ਕਮਰੇ ਵਿੱਚ ਚਲੀ ਗਈ ਤੇ ਮੇਰਾ ਛੋਟੀ ਅਲਮਾਰੀ ਖੋਲ ਕੇ ਦੇਖਣ ਨੂੰ ਮਨ ਕਰ ਰਿਹਾ ਸੀ ਪਰ ਭਾਬੀ ਨੇ ਚਾਬੀਆਂ ਲੁਕੋ ਕੇ ਰੱਖੀਆਂ ਹੋਈਆਂ ਸੀ ਮੈਂ ਸਾਰੇ ਪਾਸੇ ਚਾਬੀਆਂ ਲੱਭਣ ਲੱਗ ਗਈ ਤਾਂ ਦੂਜੀ ਅਲਮਾਰੀ ਵਿੱਚੋਂ ਕੱਪੜਿਆਂ ਦੇ ਥੱਲੇ ਮੈਨੂੰ ਚਾਬੀਆਂ ਮਿਲ ਗਈਆਂ ਮੈਂ ਖੋਲ ਕੇ ਦੇਖਿਆ ਤਾਂ ਉਸ ਵਿੱਚ ਗੈਣੇ ਤੇ ਕੁਝ ਕਾਗਜ਼ ਪਏ ਸੀ ਤੇ ਨਾਲ ਹੀ ਕੁਝ ਦਵਾਈਆਂ ਪੀ ਪਈਆਂ ਸੀ ਜਿਨ੍ਹਾਂ ਦੀ ਮੈਂ ਫੋਨ ਵਿੱਚ ਫੋਟੋ ਖਿੱਚ ਲਈ ਤੇ ਅਲਮਾਰੀ ਬੰਦ ਕਰਕੇ ਚਾਬੀਆਂ ਉੱਥੇ ਹੀ ਰੱਖ ਦਿੱਤੀਆਂ ਉਹਨਾਂ ਦਵਾਈਆਂ ਵਿੱਚੋਂ ਕੁਝ ਕੁ ਬਾਰੇ ਤਾਂ ਮੈਨੂੰ ਪਤਾ ਸੀ 3 ਸਾਲ ਪਹਿਲਾਂ ਜਦੋਂ ਮੈਂ ਕਾਲਜ ਵਿੱਚ ਸੀ ਉਦੋਂ ਮੇਰੇ ਤੋਂ ਗਲਤੀ ਹੋ ਗਈ ਸੀ ਤੇ ਮੈਂ ਪ੍ਰੈਗਨੈਂਟ ਹੋ ਗਈ ਸੀ ਤੇ ਮੇਰੇ ਬੁਆਏਫਰੈਂਡ ਨੇ ਮੇਰਾ ਸਾਥ ਦੇਣ ਦੀ ਬਜਾਏ ਮੈਨੂੰ ਛੱਡ ਦਿੱਤਾ ਸੀ ਫਿਰ ਮੈਂ ਭਾਬੀ ਨੂੰ ਸਾਰਾ ਕੁਝ ਦੱਸ ਦਿੱਤਾ ਸੀ ਭਾਬੀ ਨੇ ਮੇਰਾ ਬਹੁਤ ਸਾਥ ਦਿੱਤਾ ਸੀ ਤੇ ਮੈਨੂੰ ਕੁਝ ਅਜਈਆਂ ਦਵਾਈਆਂ ਲਿਆ ਕੇ ਦਿੱਤੀਆਂ ਸੀ ਜਿਨ੍ਹਾਂ ਨਾਲ ਮੈਂ ਠੀਕ ਹੋ ਗਈ ਸੀ ਇਸ ਗੱਲ ਨੂੰ 3 ਸਾਲ ਹੋ ਗਏ ਸੀ ਪਰ ਭਾਬੀ ਨੇ ਅੱਜ ਤੱਕ ਘਰ ਵਿੱਚ ਕਿਸੇ ਨੂੰ ਵੀ ਮੇਰੀ ਇਸ ਗਲਤੀ ਬਾਰੇ ਨਹੀਂ ਦੱਸਿਆ ਫਿਰ ਮੈਂ Google ਤੇ ਸਰਚ ਕਰਕੇ ਦਵਾਈਆਂ ਨੂੰ ਦੇਖਿਆ ਤਾਂ ਪਤਾ ਲੱਗਿਆ ਇਹ 2 ਤੇ 3 ਮਹੀਨੇ ਦਾ ਬੱਚਾ ਘਰਉਣ ਲਈ ਵਰਤੀਆਂ ਜਾਂਦੀਆਂ ਹਨ ਫਿਰ ਮੈਂ ਡਸਟਬਿਨ ਚੈੱਕ ਕੀਤਾ ਤਾਂ ਉਸ ਵਿੱਚ ਦਵਾਈਆਂ ਦੇ ਕੁਝ ਖਾਲੀ ਰੈਪਰ ਪਏ ਸੀ ਮੈਂ ਪਰੇਸ਼ਾਨ ਹੋ ਕੇ ਭਾਬੀ ਬਾਰੇ ਗਲਤ ਸੋਚਣ ਲੱਗੀ ਤੇ ਕੀ ਤੇ ਭਾਬੀ ਪ੍ਰੈਗਨੈਂਟ ਤਾਂ ਨਹੀਂ ਮੈਨੂੰ ਤਾਂ ਬਿਲਕੁਲ ਯਕੀਨ ਨਹੀਂ ਹੋ ਰਿਹਾ ਸੀ ਕਿ ਭਰਾ ਨੂੰ ਬਾਹਰ ਗਏ ਡੇਢ ਸਾਲ ਹੋ ਗਿਆ ਇਸ ਵਾਰ ਭਾਬੀ ਇੱਕ ਵਾਰ ਵੀ ਆਪਦੇ ਪੇਕੇ ਨਹੀਂ ਗਈ ਸੀ ਤੇ ਘਰ ਵਿੱਚ ਮੇਰੇ ਛੋਟੇ ਭਰਾ ਤੋਂ ਇਲਾਵਾ ਹੋਰ ਕੋਈ ਬੰਦਾ ਨਹੀਂ ਸੀ ਜੋ 15 ਸਾਲ ਦਾ ਸੀ ਸ਼ਾਮ ਤੱਕ ਭਾਬੀ ਸਮਾਨ ਲੈ ਕੇ ਵਾਪਸ ਆਈ ਤੇ ਬਹੁਤ ਥੱਕੀ ਹੋਈ ਲੱਗ ਰਹੀ ਸੀ ਤਾਂ ਭਾਬੀ ਬੋਲੇ ਤੇਰੇ ਵਿਆਹ ਦਾ ਕੁਝ ਜ਼ਰੂਰੀ ਸਮਾਨ ਲਿਆਉਣਾ ਸੀ ਤਾਂ ਕਰਕੇ ਲੇਟ ਹੋ ਗਈ ਪਰ ਮੈਨੂੰ ਤਾਂ ਸ਼ੱਕ ਸੀ ਕਿ ਭਾਬੀ ਕਿਸੇ ਹਸਪਤਾਲ ਵਿੱਚ ਬੱਚਾ ਧਰਉਣ ਗਈ ਸੀ ਫਿਰ ਰਾਤ ਨੂੰ ਭਾਬੀ ਦੇ ਫੋਨ ਦੀ ਵੈਲ ਵੱਜੀ ਉਹ ਉੱਠ ਕੇ ਬਾਹਰ ਜਾਂਦੇ ਹੋਏ ਬੋਲੇ ਕਿ ਤੇਰੇ ਭਰਾ ਦਾ ਫੋਨ ਆ ਮੈਨੂੰ ਇਸ ਗੱਲ ਤੇ ਯਕੀਨ ਨਹੀਂ ਹੋਇਆ ਤੇ ਮੈਂ ਆਪਦੇ ਭਰਾ ਨੂੰ ਫੋਨ ਲਗਾ ਲਿਆ ਤਾਂ ਉਸਨੇ ਫੋਨ ਚੱਕ ਲਿਆ ਤੇ ਹਾਲਚਾਲ ਪੁੱਛ ਕੇ ਕਹਿਣ ਲੱਗੇ ਕਿ ਮੇਰੀ 20 ਤਰੀਕ ਦੀ ਟਿਕਟ ਹੋ ਗਈ ਹੈ ਤੇ ਮੈਂ ਤੇਰੀ ਭਾਬੀ ਨੂੰ ਫੋਨ ਕਰਕੇ ਦੱਸਣ ਹੀ ਲੱਗਾ ਸੀ ਮੈਂ ਕਿਹਾ ਕਿ ਭਾਬੀ ਲਈ ਮੇਰੇ ਵੱਲੋਂ ਇੱਕ ਵਧੀਆ ਜਿਹਾ ਗਿਫਟ ਲੈ ਆਇਓ ਉਹ ਮੇਰੇ ਵਿਆਹ ਲਈ ਬਹੁਤ ਮਿਹਨਤ ਕਰ ਰਹੇ ਨੇ ਪਰ ਭਾਬੀ ਨੂੰ ਨਾ ਦੱਸਿਓ ਤੇ ਫਿਰ ਮੈਂ ਫੋਨ ਕੱਟ ਦਿੱਤਾ ਮੈਨੂੰ ਭਾਬੀ ਤੇ ਸ਼ੱਕ ਨਹੀਂ ਯਕੀਨ ਹੋਣ ਲੱਗ ਗਿਆ ਸੀ ਕਿ ਇਹ ਕਿਸੇ ਹੋਰ ਨਾਲ ਗੱਲਾਂ ਕਰਦੇ ਨੇ ਮੈਨੂੰ ਤਾਂ ਚੈਨ ਨਹੀਂ ਆ ਰਿਹਾ ਸੀ ਮੈਂ ਪੂਰਾ ਸੱਚ ਜਾਨਣਾ ਚਾਹੁੰਦੀ ਸੀ ਮੇਰੇ ਭਰਾ ਦੇ ਆਉਣ ਦੇ ਵੀ ਥੋੜੇ ਹੀ ਦਿਨ ਰਹਿ ਗਏ ਸੀ ਤੇ ਭਾਬੀ ਵੀ ਹੁਣ ਪੂਰੇ ਠੀਕ ਹੋ ਗਏ ਸੀ ਭਾਬੀ ਦਾ ਸੱਚ ਪਤਾ ਕਰਨ ਲਈ ਮੈਨੂੰ ਉਹਨਾਂ ਦਾ ਫੋਨ ਚਾਹੀਦਾ ਸੀ ਕਿਉਂਕਿ ਉਹਦੇ ਵਿੱਚੋਂ ਹੀ ਪਤਾ ਲੱਗ ਸਕਦਾ ਸੀ ਕਿ ਉਹ ਕਿਸ ਨਾਲ ਗੱਲਾਂ ਕਰਦੇ ਸੀ ਫਿਰ ਇੱਕ ਦਿਨ ਮੈਂ ਭਾਬੀ ਨੂੰ ਕਿਹਾ ਕਿ ਮੈਂ ਰਾਜਵੀਰ ਨਾਲ ਗੱਲ ਕਰ ਰਹੀ ਸੀ ਤਾਂ ਮੇਰਾ ਫੋਨ ਬੰਦ ਹੋ ਗਿਆ। ਤੁਸੀਂ 10 ਮਿੰਟ ਲਈ ਆਪਦਾ ਫੋਨ ਦੇ ਦਿਓ। ਮੈਨੂੰ ਪਤਾ ਸੀ ਭਾਬੀ ਨੇ ਕੋਈ ਬਹਾਨਾ ਬਣਾ ਦੇਣਾ ਤੇ ਐਦਾਂ ਹੀ ਹੋਇਆ। ਉਹ ਬੋਲੇ ਕਿ ਮੇਰੇ ਫੋਨ ਦੀ ਤਾਂ ਬੈਟਰੀ ਮੁੱਕ ਗਈ ਆ। ਬਸ ਹੁਣੇ ਚਾਰਜ ਤੇ ਲਾਇਆ ਥੋੜੇ ਟਾਈਮ ਬਾਅਦ ਲੈ ਲਵਾਂ। ਮੇਰੇ ਤੋਂ ਹੁਣ ਸਬਰ ਨਹੀਂ ਹੋ ਰਿਹਾ ਸੀ ਤੇ ਮੈਂ ਆਪਦੇ ਭਰਾ ਦੇ ਆਉਣ ਤੋਂ ਪਹਿਲਾਂ ਸਭ ਕੁਝ ਸੱਚ ਪਤਾ ਕਰਨਾ ਚਾਹੁੰਦੀ ਸੀ। ਮੇਰੀ ਭਾਬੀ ਤੇ ਮੰਮੀ ਬਾਜ਼ਾਰ ਗਈ ਹੋਈ ਸੀ ਤੇ ਮੈਂ ਫਿਰ ਤੋਂ ਛੋਟੀ ਅਲਮਾਰੀ ਖੋਲ ਕੇ ਸਭ ਕੁਝ ਚੰਗੀ ਤਰ੍ਹਾਂ ਦੇਖਣ ਲੱਗੀ ਤਾਂ ਫਾਈਲਾਂ ਦੇ نیچے ਇੱਕ ਫੋਟੋ ਪਈ ਸੀ ਜਿਸ ਨੂੰ ਦੇਖ ਕੇ ਮੇਰੇ ਹੋਸ਼ ਉੱਡ ਗਏ ਇਹ ਮੇਰੇ ਮंगेਤਰ ਰਾਜਵੀਰ ਦੀ ਤੇ ਭਾਬੀ ਦੀ ਫੋਟੋ ਸੀ ਇਹ ਦੇਖ ਕੇ ਮੈਂ ਹੈਰਾਨ ਰਹਿ ਗਈ ਮੇਰੇ ਭਰਾ ਨਾਲ ਐਡਾ ਵੱਡਾ ਤੋਖਾ ਹੋ ਰਿਹਾ ਤੇ ਮੇਰੇ ਨਾਲ ਵੀ ਜਿਸ ਮੁੰਡੇ ਨਾਲ ਮੇਰੇ ਵਿਆਹ ਹੋਣ ਜਾ ਰਿਹਾ ਸੀ ਉਹ ਮੇਰੀ ਭਾਬੀ ਦਾ ਆਸ਼ਿਕ ਸੀ ਏ ਇਹ ਦੇਖ ਕੇ ਮੈਂ ਹੈਰਾਨ ਰਹਿ ਗਈ ਕਿ ਮੇਰੇ ਭਰਾ ਨਾਲ ਤੇ ਮੇਰੇ ਨਾਲ ਬਹੁਤ ਵੱਡਾ ਧੋਖਾ ਹੋ ਰਿਹਾ ਹੈ ਜਿਸ ਮੁੰਡੇ ਨਾਲ ਮੇਰਾ ਵਿਆਹ ਹੋਣ ਵਾਲਾ ਸੀ ਉਹੀ ਭਾਬੀ ਦਾ ਆਸ਼ਿਕ ਸੀ ਤੇ ਭਾਬੀ ਉਸ ਨਾਲ ਹੀ ਰਾਤ ਨੂੰ ਗੱਲਾਂ ਕਰਦੀ ਸੀ ਇਹ ਸਭ ਸੋਚ ਕੇ ਮੇਰੇ ਤਾਂ ਗੱਲਾਂ ਆਪੇ ਤੋਂ ਬਾਹਰ ਹੋ ਗਈਆਂ ਮੈਨੂੰ ਲੱਗਿਆ ਕਿ ਘਰ ਵਿੱਚ ਸਾਰਿਆਂ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਮੇਰੀ ਜ਼ਿੰਦਗੀ ਬਰਬਾਦ ਹੋਣ ਤੋਂ ਬਚ ਜਾਵੇ ਤੇ ਮੇਰੇ ਭਰਾ ਨੂੰ ਵੀ ਇਸ ਤੋਂ ਛੁਟਕਾਰਾ ਮਿਲ ਜਾਊਗਾ ਫਿਰ ਮੈਂ ਉਸ ਫੋਟੋ ਦੀ ਫੋਟੋ ਆਪਣੇ ਫੋਨ ਵਿੱਚ ਖਿੱਚ ਲਈ ਤੇ ਅਲਮਾਰੀ ਬੰਦ ਕਰ ਦਿੱਤੀ ਤੇ ਸੋਚਿਆ ਕਿ ਭਰਾ ਨੂੰ ਫੋਟੋ ਸੈਂਡ ਕਰ ਦਿੰਦੀ ਆ ਪਰ ਫਿਰ ਰੁਕ ਗਈ ਕਿ ਉਸ ਦੇ ਆਉਣ ਤੇ ਸਾਹਮਣੇ ਬੈਠ ਕੇ ਹੀ ਗੱਲ ਕਰਾਂਗੇ ਮੇਰੇ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੋ ਰਹੀ ਸੀ ਮੇਰਾ ਰਿਸ਼ਤਾ ਵੀ ਭਾਬੀ ਨੇ ਹੀ ਕਰਵਾਇਆ ਸੀ ਆਪਦੀ ਕਿਸੇ ਦੂਰ ਦੀ ਰਿਸ਼ਤੇਦਾਰੀ ਚ ਯਾ ਰਾਜਵੀਰ ਭਾਬੀ ਦਾ ਬੁਆਏਫਰੈਂਡ ਹੋਣਾ ਜਿਹਦੇ ਨਾਲ ਭਾਬੀ ਦਾ ਵਿਆਹ ਨਹੀਂ ਹੋ ਸਕਿਆ ਤੇ ਆਪਣੇ ਇਸ ਅਫੇਅਰ ਨੂੰ ਕਾਇਮ ਰੱਖਣ ਲਈ ਮੇਰਾ ਰਿਸ਼ਤਾ ਕਰਵਾ ਦਿੱਤਾ ਕਿ ਦੋਨਾਂ ਤੇ ਸ਼ੱਕ ਨਾ ਹੋਵੇ ਮੈਂ ਹੁਣ ਕਿਸੇ ਵੀ ਤਰ੍ਹਾਂ ਰਾਜਵੀਰ ਵਰਗੇ ਧੋਖੇਬਾਜ਼ ਨਾਲ ਗੱਲ ਨਹੀਂ ਕਰ ਸਕਦੀ ਸੀ ਤੇ ਆਪਦਾ ਫੋਨ ਬੰਦ ਕਰ ਦਿੱਤਾ ਭਾਬੀ ਜਦੋਂ ਸ਼ਾਮ ਨੂੰ ਬਾਜ਼ਾਰ ਤੋਂ ਵਾਪਸ ਆਏ ਤਾਂ ਕਹਿਣ ਲੱਗੇ ਦੇਖ ਤੇਰੇ ਲਈ ਨਵੇਂ ਸੂਟ ਲੈ ਕੇ ਆਈ ਹਾਂ ਤੈਨੂੰ ਪਸੰਦ ਆ ਮੈਂ ਬਿਨਾਂ ਕੋਈ ਜਵਾਬ ਦੇਂਦੇ ਗੁੱਸੇ ਵਿੱਚ ਉੱਠ ਕੇ ਕਿਚਨ ਵਿੱਚ ਆ ਗਈ ਭਾਬੀ ਵੀ ਮੇਰੇ ਪਿੱਛੇ ਪਿੱਛੇ ਆ ਗਈ ਤੇ ਬੋਲੀ ਕਿ ਤੇਰਾ ਫੋਨ ਬੰਦ ਕਿਉਂ ਆ ਰਿਹਾ ਰਾਜਵੀਰ ਮੈਨੂੰ ਫੋਨ ਕਰ ਰਿਹਾ ਸੀ ਮੇਰੇ ਤੋਂ ਗੁੱਸੇ ਤੇ ਕਾਬੂ ਨਾ ਰੱਖਿਆ ਗਿਆ ਤੇ ਮੈਂ ਆਪਦਾ ਫੋਨ ਔਨ ਕਰਕੇ ﺍﻟमारी ਵਾਲੀ ਫੋਟੋ ਭਾਬੀ ਦੇ ਸਾਹਮਣੇ ਕਰ ਦਿੱਤੀ ਤੇ ਕਿਹਾ ਕਿ ਕੱਲ ਨੂੰ ਭਰਾ ਨੂੰ ਆ ਲੈਣ ਦੇਵੋ ਫਿਰ ਤੁਹਾਡੀਆਂ ਇਹਨਾਂ ਦੋਵਾਂ ਦੀਆਂ ਆਸ਼ਕੀਆਂ ਦਾ ਭਾਂਡਾ ਮੈਂ ਸਾਰਿਆਂ ਦੇ ਅੱਗੇ ਖੋਲੂੰਗੀ ਕਿਸੇ ਅੱਗੇ ਮੂੰਹ ਦਿਖਾਉਣ ਲਾਇਕ ਨਹੀਂ ਰਹਿਣਾ ਤੁਸੀਂ ਇਹ ਸੁਣ ਕੇ ਭਾਬੀ ਦਾ ਰੰਗ ਉੱਡ ਗਿਆ ਤੇ ਮੈਂ ਵਾਪਸ ਕਮਰੇ ਵਿੱਚ ਆ ਗਈ ਪਿੱਛੇ ਹੀ ਭਾਬੀ ਆ ਗਈ ਤੇ ਬੋਲੀ ਇੱਕ ਮਿੰਟ ਮੇਰੀ ਗੱਲ ਤਾਂ ਸੁਣ ਲੈ ਇਹ ਪੂਰਾ ਸੱਚ ਨਹੀਂ ਉਸ ਤੋਂ ਬਾਅਦ ਜੋ ਮਰਜ਼ੀ ਸਜ਼ਾ ਦੇ ਦੇਵੀਂ ਰਾਜਵੀਰ ਤੇ ਮੈਂ ਬਚਪਨ ਦੇ ਦੋਸਤਾਂ ਤੇ ਇਕੱਠੇ ਸਕੂਲ ਵਿੱਚ ਪੜ੍ਹਦੇ ਸੀ ਤੇ ਇੱਕ ਦੂਜੇ ਨੂੰ ਪਸੰਦ ਵੀ ਕਰਦੇ ਸੀ ਪਰ ਸਾਡਾ ਵਿਆਹ ਨਹੀਂ ਹੋ ਸਕਿਆ ਤੇ 3 ਸਾਲ ਪਹਿਲਾਂ ਮੇਰਾ ਵਿਆਹ ਤੇਰੇ ਭਰਾ ਨਾਲ ਹੋ ਗਿਆ ਤੇ ਉਸ ਤੋਂ ਬਾਅਦ ਅਸੀਂ ਇੱਕ ਦੂਜੇ ਨਾਲ ਕਦੇ ਗੱਲ ਨਹੀਂ ਕੀਤੀ ਇੱਕ ਸਾਲ ਪਹਿਲਾਂ ਹੀ ਉਹ ਮੈਨੂੰ ਅਚਾਨਕ ਬਾਜ਼ਾਰ ਵਿੱਚ ਮਿਲਿਆ ਤਾਂ ਪਤਾ ਲੱਗਿਆ ਕਿ ਹਜੇ ਉਸ ਦਾ ਵਿਆਹ ਨਹੀਂ ਹੋਇਆ ਤੇ ਉਹ ਵਿਆਹ ਲਈ ਕੋਈ ਵਧੀਆ ਕੁੜੀ ਲੱਭ ਰਿਹਾ ਹੈ ਫਿਰ ਮੈਂ ਉਸ ਨਾਲ ਤੇਰੇ ਬਾਰੇ ਗੱਲ ਕੀਤੀ ਉਸ ਦਾ ਪਰਿਵਾਰ ਵੀ ਰਿਸ਼ਤੇ ਲਈ ਮੰਨ ਗਿਆ ਇਹ ਸੁਣ ਕੇ ਮੇਰਾ ਗੁੱਸਾ ਸ਼ਾਂਤ ਨਹੀਂ ਹੋਇਆ ਤੇ ਮੈਂ ਕਿਹਾ ਕਿ ਮੇਰਾ ਰਿਸ਼ਤਾ ਤੁਸੀਂ ਇਸ ਲਈ ਕਰਵਾਇਆ ਕਿ ਤੁਹਾਡੀਆਂ ਆਸ਼ਕੀਆਂ ਦਾ ਕਿਸੇ ਨੂੰ ਪਤਾ ਨਾ ਲੱਗੇ ਤੁਹਾਡੇ ਕੋਲੋਂ ਤਾਂ ਮੇਰੇ ਵਿਆਹ ਤੱਕ ਵੀ ਨਹੀਂ ਰੁਕਿਆ ਗਿਆ ਪਹਿਲਾਂ ਹੀ ਪ੍ਰੈਗਨੈਂਟ ਹੋ ਗਈ ਤੇ ਅਲਮਾਰੀ ਵਿੱਚੋਂ ਮੈਨੂੰ ਬੱਚਾ ਗਰਾਉਣ ਵਾਲੀ ਦਵਾਈ ਵੀ ਮਿਲੇ ਮੇਰੇ ਫੋਨ ਵਿੱਚ ਉਸ ਦੀ ਫੋਟੋ ਵੀ ਆ ਇਹ ਦੇਖੋ ਭਾਬੀ ਬੋਲੀ ਇਹ ਤੂੰ ਕਿਦਾਂ ਦੀਆਂ ਬਗਵਾਸ ਗੱਲਾਂ ਕਰ ਰਹੀ ਏ ਇਹ ਦਵਾਈ 3 ਸਾਲ ਪੁਰਾਣੀ ਐ ਡੇਟ ਤਾਂ ਚੈੱਕ ਕਰ ਲੈਂਦੀ ਮੈਂ ਅਲਮਾਰੀ ਵਿੱਚ ਲੁਕੋ ਕੇ ਰੱਖੀ ਹੋਈ ਸੀ ਮੈਂ ਅਲਮਾਰੀ ਵਿੱਚ ਲੁਕੋ ਕੇ ਰੱਖ ਦਿੱਤੀ ਸੀ ਤਾਂ ਕਿ ਜੇ ਦੁਬਾਰਾ ਕਿਸੇ ਨੂੰ ਲੋੜ ਪਵੇ ਤਾਂ ਮੈਨੂੰ ਬਾਹਰ ਨਾ ਜਾਣਾ ਪਵੇ ਮੈਂ ਡੇਟ ਜ਼ੂਮ ਕਰਕੇ ਦੇਖੀ ਤਾਂ ਉਹ ਸੱਚੀ ਮੇਰੀ ਹੀ ਪੁਰਾਣੀ ਦਵਾਈ ਸੀ ਮੈਂ ਕਿਹਾ ਉਸ ਦਿਨ ਤੁਸੀਂ ਉਲਟੀਆਂ ਕਰ ਰਹੇ ਸੀ ਤੇ ਬਾਹਰ ਦਵਾਈਆਂ ਦੇ ਖਾਲੀ ਰੈਪਰ ਵੀ ਮਿਲੇ ਸੀ ਤਾਂ ਭਾਬੀ ਬੋਲੀ ਕਿ ਉਹ ਪੇਟ ਦਰਦ ਦੀ ਦਵਾਈ ਸੀ ਜੇ ਰੈਪਰ ਹੈਗਾ ਤਾਂ ਸਰਚ ਕਰਕੇ ਚੈੱਕ ਕਰ ਲਾ ਤਾਂ ਸੱਚੀ ਉਹ ਪੇਟ ਦਰਦ ਦੀ ਹੀ ਦਵਾਈ ਸੀ ਮੈਂ ਥੋੜੀ ਸ਼ਰਮਿੰਦਾ ਮਹਿਸੂਸ ਕਰ ਰਹੀ ਸੀ ਫਿਰ ਮੈਂ ਉਹਨਾਂ ਦੀ ਫੋਟੋ ਬਾਰੇ ਪੁੱਛਿਆ ਤਾਂ ਭਾਬੀ ਬੋਲੀ ਕਿ ਉਹ ਮੇਰੀ ਤੇ ਰਾਜਵੀਰ ਦੀ ਹੀ ਫੋਟੋ ਆ ਜਦੋਂ ਕਾਲਜ ਦੇ ਆਖਰੀ ਦਿਨ ਸੀ ਅਲੱਗ ਹੋਏ ਸੀ ਤੇ ਤੇਰੇ ਰਿਸ਼ਤੇ ਦੇ ਟਾਈਮ ਮੈਂ ਤੇਰੇ ਭਰਾ ਨੂੰ ਇਹੀ ਆਪਣੇ ਵਾਲੇ ਹੀ ਰਾਜਵੀਰ ਦੀ ਫੋਟੋ ਦਿਖਾਈ ਸੀ ਮੈਂ ਆਪਦੇ ਵਿਆਹ ਤੋਂ ਪਹਿਲਾਂ ਹੀ ਤੇਰੇ ਭਰਾ ਨੂੰ ਰਾਜਵੀਰ ਬਾਰੇ ਸਭ ਕੁਝ ਦੱਸ ਦਿੱਤਾ ਸੀ ਤੇ ਰਾਜਵੀਰ ਬਹੁਤ ਚੰਗਾ ਮੁੰਡਾ ਹੈ ਮੇਰੇ ਵਿਆਹ ਤੋਂ ਬਾਅਦ ਉਸਨੇ ਇੱਕ ਵਾਰ ਵੀ ਮੈਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਹੁਣ ਮੈਨੂੰ ਸਿਰਫ ਆਪਦੀ ਇੱਕ ਚੰਗੀ ਦੋਸਤ ਸਮਝਦਾ ਹੈ ਮੇਰਾ ਇੱਕ ਆਖਰੀ ਸਵਾਲ ਬਾਕੀ ਸੀ ਕਿ ਉਸ ਦਿਨ ਤੁਸੀਂ ਮੇਰੇ ਭਰਾ ਨਾਲ ਗੱਲ ਨਹੀਂ ਕਰ ਰਹੇ ਸੀ ਜਦੋਂ ਮੈਂ ਉਹਨਾਂ ਨੂੰ ਫੋਨ ਕੀਤਾ ਸੀ ਤਾਂ ਉਹਨਾਂ ਨੇ ਇੱਕ ਮਿੰਟ ਵਿੱਚ ਹੀ ਚੁੱਕ ਲਿਆ ਸੀ ਇਹ ਸੁਣ ਕੇ ਭਾਬੀ ਹੱਸਣ ਲੱਗੀ ਤੇ ਬੋਲੀ ਮੈਂ ਤੇਰੇ ਭਰਾ ਨਾਲ ਹੀ ਗੱਲ ਕਰ ਰਹੀ ਸੀ ਜਦੋਂ ਤੂੰ ਫੋਨ ਕੀਤਾ ਤਾਂ ਮੈਂ ਚੁੱਪ ਕਰ ਗਈ ਸੀ ਕਿ ਜਦੋਂ ਤੂੰ ਉਹਨਾਂ ਨੂੰ ਮੇਰੇ ਲਈ ਗਿਫਟ ਲੈ ਕੇ ਆਉਣ ਲਈ ਕਹਿ ਰਹੀ ਸੀ ਤਾਂ ਮੈਂ ਲਾਈਨ ਤੇ ਹੀ ਸੀ ਜੇ ਨਹੀਂ ਯਕੀਨ ਤਾਂ ਆਪਦੇ ਭਰਾ ਨੂੰ ਫੋਨ ਕਰਕੇ ਪੁੱਛ ਲੈ ਇਹ ਸਭ ਸੁਣ ਕੇ ਮੈਂ ਬਹੁਤ ਸ਼ਰਮਿੰਦਾ ਮਹਿਸੂਸ ਕਰ ਰਹੀ ਸੀ ਕਿ ਮੈਂ ਉਹਨਾਂ ਬਾਰੇ ਕਿੰਨਾ ਗਲਤ ਸੋਚਿਆ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਮੈਂ ਉਹਨਾਂ ਤੋਂ ਮਾਫੀ ਮੰਗੀ ਭਾਬੀ ਨੇ ਮੈਨੂੰ ਗੱਲ ਨਾਲ ਲਾ ਲਿਆ ਤੇ ਬੋਲੀ ਕਿ ਰਾਜਵੀਰ ਨਾਲ ਗੱਲ ਕਰ ਲਾ ਉਹ ਪਰੇਸ਼ਾਨ ਹੋ ਰਿਹਾ ਹੋਣਾ ਕਈ ਵਾਰ ਅੱਖੀਂ ਦੇਖਿਆ ਵੀ ਸੱਚ ਨਹੀਂ ਹੁੰਦਾ ਬਿਨਾਂ ਕਿਸੇ ਦੀ ਗੱਲਬਾਤ ਸੁਣੇ ਕਦੇ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ ਤੇ ਸ਼ੱਕ ਨੂੰ ਦੂਰ ਕਰਨ ਲਈ ਬੰਦੇ ਨਾਲ ਸਿੱਧੀ ਗੱਲਬਾਤ ਕਰ ਲੈਣੀ ਚਾਹੀਦੀ ਹੈ ਦੋਸਤੋ ਜੇ ਤੁਹਾਡੀ ਜ਼ਿੰਦਗੀ ਵਿੱਚ ਵੀ ਕਦੇ ਕੋਈ ਅਜੀਹ ਮਸਲਾ ਹੁੰਦਾ ਹੈ ਤਾਂ ਉਸਨੂੰ ਸੁਲਝਾਣ ਦੀ ਕੋਸ਼ਿਸ਼ ਕਰੋ ਧੰਨਵਾਦ ਜੀ